ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਪਾਲ ਸਰ ਸਵਾਗਤ ਕਰਦਾ ਹਾਂ ਤੁਹਾਡਾ ਚਾਵਲ ਕਲਾਸਿਸ ਦੇ ਔਨਲਾਈਨ ਪੋਰਟਲ ਤੇ। ਅੱਜ ਆਪਾਂ ਆਪਣਾ ਜੋ ਸਬਜੈਕਟ ਹੈ ਹਿਸਟਰੀ, ਉਸ ਦੇ ਵਿੱਚ ਆਪਣਾ ਜੋ ਟੌਪਿਕ ਚੱਲ ਰਿਹਾ ਹੈ ਵੈਦਿਕ ਪੀਰੀਅਡ, ਉਸ ਵੈਦਿਕ ਪੀਰੀਅਡ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਇਸ ਦੇ ਵਿੱਚ ਹੋਰ ਵੀ ਬਾਰੀਕੀਆਂ ਦੇ ਨਾਲ ਗੱਲਾਂ ਕਰਾਂਗੇ ਤੇ ਉਹਨਾਂ ਬਾਰੀਕੀਆਂ ਨੂੰ ਜਾਣਾਂਗੇ ਜੋ ਆਪਾਂ ਨਹੀਂ ਸਮਝ ਸਕੇ ਹਾਂ, ਉਹਨਾਂ ਚੀਜ਼ਾਂ ਨੂੰ ਅੱਗੇ ਆਪਾਂ ਲੈ ਕੇ ਆਵਾਂਗੇ ਜੀ। ਠੀਕ ਹੈ ਜੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਆਪਣੇ ਸਾਵਲ ਕਲਾਸਿਸ ਦੇ ਬਾਰੇ ਵਿੱਚ। ਇਸ ਦੇ ਵਿੱਚ ਜੇਕਰ ਤੁਸੀਂ ਸਾਡਾ ਔਨਲਾਈਨ ਪੋਰਟਲ ਦੇ ਉੱਪਰ ਜੋ ਸਾਡਾ ਵਟਸਐਪ ਗਰੁੱਪ ਹੈ, ਉਸ ਵਟਸਐਪ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦੀਪਕ ਸਰ ਦੇ ਨੰਬਰ 'ਤੇ ਫੋਨ ਕਰ ਸਕਦੇ ਹੋ। ਨੰਬਰ ਤੁਹਾਨੂੰ ਸਕਰੀਨ 'ਤੇ ਸ਼ੋ ਹੋ ਜਾਏਗਾ। ਠੀਕ ਹੈ ਜੀ। ਹੁਣ ਆਪਾਂ ਕਰਦੇ ਹਾਂ ਆਪਣਾ ਟੌਪਿਕ ਸਟਾਰਟ, ਵੈਦਿਕ ਪੀਰੀਅਡ। ਵੈਦਿਕ ਪੀਰੀਅਡ, ਵੈਦਿਕ ਸਭਿਅਤਾ। ਇਸ ਵੈਦਿਕ ਸਭਿਅਤਾ ਬਾਰੇ ਆਪਾਂ ਪਹਿਲਾਂ ਕੁਛ ਜਾਣ ਚੁੱਕੇ ਹਾਂ, ਪੜ੍ਹ ਚੁੱਕੇ ਹਾਂ, ਕੁਛ ਗੱਲਾਂ ਇਸ ਦੀਆਂ ਆਪਾਂ ਦੇਖ ਚੁੱਕੇ ਹਾਂ ਵੀ ਵੈਦਿਕ ਸਭਿਅਤਾ ਵੇਦਾਂ ਤੋਂ ਇਸ ਦੇ ਬਾਰੇ ਵਿੱਚ ਸਾਨੂੰ ਪਤਾ ਚੱਲਿਆ ਵੇਦ ਕਿਹੜੇ ਕਿਹੜੇ ਸਨ, ਕਿਆ ਕਿਆ ਉਹਨਾਂ ਵੇਦਾਂ ਦੇ ਵਿੱਚ ਦੱਸਿਆ ਗਿਆ ਹੈ। ਉਸੇ ਦੇ ਅਗਾਂਹ ਜਾ ਕੇ ਆਪਾਂ ਦੇਖਿਆ ਸੀ ਵੈਦਿਕ ਸਭਿਅਤਾ ਜੋ ਸੀ ਦੋ ਭਾਗਾਂ ਵਿੱਚ ਵੰਡੀ ਗਈ। ਦੋ ਭਾਗਾਂ ਦੇ ਵਿੱਚ ਕਿਹੜੇ? ਇੱਕ ਰਿਗਵੈਦਿਕ ਕਾਲ ਤੇ ਇੱਕ ਉੱਤਰ ਵੈਦਿਕ ਕਾਲ। ਜੋ ਸਾਡਾ ਰਿਗਵੈਦਿਕ ਕਾਲ ਰਿਹਾ, ਇਸ ਰਿਗਵੈਦਿਕ ਕਾਲ ਦਾ ਸਮੇਂ ਪੀਰੀਅਡ ਵੀ ਆਪਾਂ ਦੇਖਿਆ, ਉੱਤਰ ਵੈਦਿਕ ਕਾਲ ਦਾ ਸਮੇਂ ਪੀਰੀਅਡ ਦੇਖਿਆ। ਇਹਨਾਂ ਦੋਨਾਂ ਦਾ ਜੋ ਸਮੇਂ ਪੀਰੀਅਡ ਨਿਰਧਾਰਿਤ ਕੀਤਾ ਗਿਆ ਉਸਦਾ ਆਧਾਰ ਰੱਖਿਆ ਗਿਆ ਸੀ ਕਿਆ? ਲੋਹਾ, ਲੋਹੇ ਦੀ ਖੋਜ ਹੋਈ। ਉਸੇ ਦੇ ਆਧਾਰ ਤੇ ਕਿਆ ਹੈ? ਵੈਦਿਕ ਸਭਿਅਤਾ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ। ਇੱਕ ਭਾਗ ਉਹ ਸੀ ਜਿਹੜਾ ਲੋਹੇ ਨੂੰ ਜਾਣਦਾ ਸੀ, ਇੱਕ ਭਾਗ ਉਹ ਸੀ ਜਿਹੜਾ ਲੋਹੇ ਨੂੰ ਨਹੀਂ ਜਾਣਦਾ ਸੀ। ਠੀਕ ਹੈ। ਇਸੇ ਦੇ ਆਧਾਰ ਤੇ ਅਗਾਂਹ ਆਪਾਂ ਦੇਖਿਆ ਵੈਦਿਕ ਸਭਿਅਤਾ ਦੇ ਵਿੱਚ ਜੋ ਰਿਗਵੈਦਿਕ ਕਾਲ ਸੀ, ਇਸ ਰਿਗਵੈਦਿਕ ਕਾਲ ਦੇ ਵਿੱਚ ਆਪਾਂ ਪੜ੍ਹਿਆ ਰਿਗਵੈਦਿਕ ਕਾਲ ਬਾਰੇ ਸਾਨੂੰ ਜੋ ਜਾਣਕਾਰੀ ਮਿਲੀ ਉਹ ਕਿੱਥੋਂ ਮਿਲੀ? ਉਹ ਮਿਲੀ ਸਾਨੂੰ ਰਿਗਵੇਦ ਤੋਂ। ਰਿਗਵੇਦ ਦੇ ਵਿੱਚ ਜੋ ਜਾਣਕਾਰੀ ਮਿਲੀ ਸਾਨੂੰ ਰਿਗਵੈਦਿਕ ਕਾਲ ਦੇ, ਉਸੇ ਆਧਾਰ ਤੇ ਆਪਾਂ ਦੇਖਿਆ ਪਹਿਲਾਂ ਵੈਦਿਕ ਸਭਿਅਤਾ ਦੇ ਵਿੱਚ ਰਿਗਵੈਦਿਕ ਕਾਲ, ਇਸ ਰਿਗਵੈਦਿਕ ਕਾਲ ਦੀ ਆਪਾਂ ਪਹਿਲਾਂ ਇਸ ਤੋਂ ਪਿਛਲੇ ਲੈਕਚਰ ਵਿੱਚ ਆਪਾਂ ਪੜ੍ਹ ਚੁੱਕੇ ਹਾਂ ਰਿਗਵੈਦਿਕ ਕਾਲ ਦੀ ਜੋ ਰਾਜਨੀਤਿਕ ਸਥਿਤੀ ਰਹੀ ਹੈ, ਰਾਜਨੀਤਿਕ ਸਥਿਤੀ ਜੋ ਰਹੀ ਆਪਾਂ ਉਸਦੇ ਬਾਰੇ ਕਿਹਾ ਹੈ ਵਿਚਾਰ ਵਿਮਰਸ਼ ਕੀਤਾ, ਉਸਦੇ ਬਾਰੇ ਆਪਾਂ ਜਾਣਿਆ। ਰਾਜਨੀਤਿਕ ਸਥਿਤੀ ਦੇ ਵਿੱਚ, ਰਾਜਨੀਤਿਕ ਸਥਿਤੀ ਦੇ ਵਿੱਚ ਆਪਾਂ ਕਿਆ ਦੇਖਿਆ ਸੀ? ਇੱਕ ਸੀ ਰਾਜਾ, ਜੋ ਕਬੀਲਾ ਹੁੰਦਾ ਸੀ ਉਸਦਾ ਜੋ ਪ੍ਰਧਾਨ ਸੀ ਉਹ ਕਿਆ ਸੀ? ਰਾਜਾ ਸੀ। ਰਾਜੇ ਨੂੰ ਆਪਾਂ ਕਿਆ ਬੋਲਦੇ ਸੀ? ਜਨ ਸਹਿ ਗੋਪਾ। ਹੁਣ ਇਹ ਜਿਹੜਾ ਜਨ ਸਹਿ ਗੋਪਾ ਸੀ ਇਹ ਕਿਆ ਕਰਦਾ ਸੀ? ਤਾਂ ਇਹ ਕਰਦਾ ਸੀ ਕਬੀਲੇ ਦੀ ਰੱਖਿਆ, ਕਬੀਲੇ ਦੀ ਰੱਖਿਆ ਕਰਦਾ ਸੀ। ਕਬੀਲੇ ਦੀ ਰੱਖਿਆ ਦੇ ਨਾਲ ਨਾਲ ਇਸੇ ਨੂੰ, ਇਸੇ ਦੇ ਆਧਾਰ ਤੇ ਇੱਕ ਨਾਮ ਹੋਰ ਦਿੱਤਾ ਗਿਆ ਸੀ ਪੁਰਭਿਤਾ। ਪੁਰਭਿਤਾ ਦਾ ਮਤਲਬ ਹੁੰਦਾ ਹੈ, ਅਰਥ ਹੁੰਦਾ ਹੈ ਨਗਰਾਂ ਨੂੰ ਜਿੱਤਣ ਵਾਲਾ, ਨਗਰਾਂ ਨੂੰ ਜਿੱਤਣ ਵਾਲਾ। ਠੀਕ ਹੈ ਜੀ। ਇਸ ਦਾ ਅਰਥ ਰਹਿੰਦਾ ਹੈ ਪੁਰਭਿਤਾ ਦਾ। ਉਸੇ ਦੇ ਆਧਾਰ ਤੇ ਆਪਾਂ ਅੱਗੇ ਚੱਲਦੇ ਹਾਂ ਥੋੜ੍ਹਾ ਇਸ ਤੋਂ ਅਗਾਂਹ, ਇਹ ਆਪਾਂ ਪਿਛਲੇ ਲੈਕਚਰ ਵਿੱਚ ਪੜ੍ਹ ਚੁੱਕੇ ਹਾਂ। ਇਸ ਤੋਂ ਆਪਾਂ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ, ਅੱਗੇ ਵੱਧਦੇ ਹਾਂ ਤੇ ਆਪਾਂ ਕਿਆ ਦੇਖਿਆ ਸੀ? ਰਾਜਾ ਸੀ ਜਿਹੜਾ ਉਸਦੇ ਅਧਿਕਾਰਾਂ ਨੂੰ ਕਿਆ ਹੈ? ਸੀਮਿਤ ਕੀਤਾ ਗਿਆ ਸੀ, ਕੰਟਰੋਲ ਕੀਤਾ ਜਾਂਦਾ ਸੀ ਰਾਜੇ ਦਾ। ਰਾਜਾ ਜੋ ਸੀ ਨਿਰਕੁੰਸ਼ ਨਹੀਂ ਸੀ, ਉਸਦੀਆਂ ਸ਼ਕਤੀਆਂ ਨੂੰ ਕਿਆ ਹੈ? ਕੰਟਰੋਲ ਕੀਤਾ ਗਿਆ ਸੀ। ਰਾਜੇ ਕੋਲ ਰਿਗਵੈਦਿਕ ਕਾਲ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀਆਂ ਨਹੀਂ ਸਨ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤਿੰਨ ਸੰਸਥਾਵਾਂ ਸਨ। ਇੱਕ ਸੀ ਸਭਾ, ਇੱਕ ਸੀ ਸਮਿਤੀ ਤੇ ਇੱਕ ਸੀ ਵਿਦਵਤ। ਇਹਨਾਂ ਦੇ ਬਾਰੇ ਆਪਾਂ ਦੇਖਿਆ ਸੀ, ਇਹਨਾਂ ਦਾ ਜ਼ਿਕਰ ਕਿੰਨੀ ਕਿੰਨੀ ਵਾਰ ਆਇਆ ਹੈ, ਇਹ ਸਾਰਾ ਆਪਾਂ ਇਸ ਦੇ ਬਾਰੇ ਜਾਣਕਾਰੀ ਲੈ ਲਈ। ਆਪਾਂ ਅੱਜ ਦੀ ਆਪਣੀ ਰਾਜਨੀਤਿਕ ਸਥਿਤੀ ਦੇ ਉੱਤੇ ਨਜ਼ਰ ਮਾਰਦੇ ਹਾਂ। ਜੋ ਆਪਣੀ ਅੱਜ ਦੀ ਰਾਜਨੀਤੀ ਹੈ ਉਸ ਦੇ ਵਿੱਚ ਕਿਆ ਹੈ? ਇੱਕ ਲੋਕ ਸਭਾ ਹੁੰਦੀ ਹੈ, ਇੱਕ ਉਸਦੇ ਵਿੱਚ ਰਾਜ ਸਭਾ ਹੁੰਦੀ ਹੈ, ਨਿਮਨ ਸਦਨ, ਉੱਚ ਸਦਨ। ਪੁਰਾਣੇ ਸਮੇਂ ਵਿੱਚ, ਵੈਦਿਕ ਕਾਲ ਵਿੱਚ, ਪ੍ਰਾਚੀਨ ਸਮੇਂ ਵਿੱਚ ਜੋ ਲੋਕ ਸਭਾ ਦਾ ਕੰਮ ਕਰਦੀ ਸੀ ਉਹ ਕਰਦੀ ਸੀ ਸਮਿਤੀ, ਤੇ ਰਾਜ ਸਭਾ ਦਾ ਕੰਮ ਕਰਦੀ ਸੀ ਸਭਾ। ਇਸ ਸਮਿਤੀ ਦਾ ਜੋ ਪ੍ਰਧਾਨ ਸੀ, ਇਸਨੂੰ ਆਖਿਆ ਜਾਂਦਾ ਸੀ ਈਸ਼ਾਨ। ਇਸਦਾ ਜੋ ਪ੍ਰਧਾਨ ਸੀ ਉਸਨੂੰ ਈਸ਼ਾਨ ਆਖਿਆ ਜਾਂਦਾ ਸੀ। ਤੇ ਸਮਿਤੀ ਦਾ ਮਹੱਤਵ ਸਭਾ ਤੋਂ ਜ਼ਿਆਦਾ ਸੀ, ਸਭਾ ਤੋਂ ਜ਼ਿਆਦਾ ਮਹੱਤਵ ਜੋ ਸੀ ਉਹ ਕਿਸਦਾ ਸੀ? ਸਮਿਤੀ ਦਾ। ਵੇਖਿਆ ਜਾਵੇ ਇਹ ਸਮਿਤੀ ਦਾ ਮਹੱਤਵ ਕਿਉਂ ਜ਼ਿਆਦਾ ਸੀ? ਸਮਿਤੀ ਦਾ ਮਹੱਤਵ ਇਸ ਲਈ ਜ਼ਿਆਦਾ ਸੀ ਕਿਉਂਕਿ ਰਾਜੇ ਦਾ ਚੁਣਾਵ ਜੋ ਕੀਤਾ ਜਾਂਦਾ ਸੀ, ਰਾਜੇ ਦੀ ਜੋ ਚੋਣ ਕੀਤੀ ਜਾਂਦੀ ਸੀ ਉਹ ਇਸ ਦੁਆਰਾ ਕੀਤੀ ਜਾਂਦੀ ਸੀ।
ਤੇ ਇਸ ਵਿੱਚ ਕੌਣ ਭਾਗ ਲੈਂਦਾ ਸੀ? ਇਸ ਵਿੱਚ ਆਮ ਜਨਤਾ ਭਾਗ ਲੈਂਦੀ ਸੀ। ਸੇਮ ਅੱਜ ਵਾਲੀ ਸਿਚੁਏਸ਼ਨ ਹੈ ਜੋ ਆਪਾਂ ਅੱਜ ਦੇਖਦੇ ਹਾਂ। ਅੱਜ ਆਪਾਂ ਕਿਆ ਦੇਖਦੇ ਹਾਂ? ਲੋਕ ਸਭਾ। ਲੋਕ ਸਭਾ ਵਿੱਚ ਕਿਆ ਹੈ? ਜਨਤਾ ਦੁਆਰਾ ਚੁਣੇ ਹੋਏ ਜਿਹੜੇ ਸਾਡੇ ਪ੍ਰਤੀਨਿਧੀ ਨੇ ਉਹ ਉੱਥੇ ਜਾ ਕੇ ਭਾਗ ਲੈਂਦੇ ਨੇ। ਉਸੇ ਦੇ ਆਧਾਰ ਤੇ ਆਪਾਂ ਲੋਕ ਸਭਾ ਨੂੰ ਕਿਆ ਹੈ? ਰਾਜ ਸਭਾ ਤੋਂ ਜ਼ਿਆਦਾ ਪ੍ਰਾਇਓਰਟੀ ਦਿੰਦੇ ਹਾਂ, ਮਹੱਤਤਾ ਦਿੰਦੇ ਹਾਂ। ਤੇ ਪੁੱਛਿਆ ਜਾਵੇ ਤੁਹਾਨੂੰ ਸਭਾ ਤੇ ਸਮਿਤੀ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵ ਕਿਸ ਦਾ ਸੀ? ਤਾਂ ਉਹ ਸੀ ਸਾਡਾ ਸਮਿਤੀ ਦਾ। ਪ੍ਰਧਾਨ ਜੋ ਸੀ ਉਸਦਾ ਕੌਣ ਕਿਆ ਕਹਿਲਾਉਂਦਾ ਸੀ? ਈਸ਼ਾਨ। ਸਭ ਤੋਂ ਜ਼ਿਆਦਾ ਮਹੱਤਵ ਜਿਸ ਰਿਹਾ ਹੈ ਉਹ ਰਿਹਾ ਹੈ ਸਾਡਾ ਲੋਕ ਸਭਾ ਦਾ, ਜਿਸ ਨੂੰ ਆਪਾਂ ਸਮਿਤੀ ਬੋਲਿਆ ਹੈ ਪ੍ਰਾਚੀਨ ਕਾਲ ਵਿੱਚ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਭਾ ਬਾਰੇ। ਸਭਾ ਜੋ ਸੀ ਸਾਡੀ, ਇਹ ਉਸ ਸਮੇਂ ਕੁਲੀਨ ਲੋਕਾਂ ਦੀ ਇੱਕ ਸਭਾ ਸੀ, ਕੁਲੀਨ ਲੋਕਾਂ ਦੀ ਇੱਕ ਸੰਸਥਾ ਸੀ। ਕੁਲੀਨ ਮਤਲਬ ਜੋ ਉੱਚ ਵਰਗ ਸੀ, ਕੁਲੀਨ ਮਤਲਬ ਜੋ ਉੱਚ ਵਰਗ ਸੀ। ਆਪਾਂ ਕਿਆ ਹੈ ਮੰਨਦੇ ਹਾਂ ਵੀ ਜੋ ਉਸ ਸਮੇਂ ਜੋ ਸਭਾ ਰਹੀ ਹੈ ਜਾਂ ਉਸ ਸਮੇਂ ਜੋ ਰਾਜ ਸਭਾ ਰਹੀ ਹੈ ਉਸਦੇ ਵਿੱਚ ਕੌਣ ਆਉਂਦੇ ਸਨ? ਕੁਲੀਨ ਵਰਗ, ਕੁਲੀਨ ਵਰਗ ਜਾਂ ਬੋਲ ਦਿੱਤਾ ਜਾਵੇ ਉੱਚ ਵਰਗ ਦੇ ਲੋਕ ਆਉਂਦੇ ਸਨ। ਅੱਜ ਵੀ ਆਪਾਂ ਦੇਖਦੇ ਹਾਂ ਤਾਂ ਰਾਜ ਸਭਾ ਦੇ ਵਿੱਚ ਕਿਆ ਹੈ? ਰਾਜ ਸਭਾ ਵਿੱਚ ਜੋ ਆਉਂਦੇ ਨੇ ਉਹ ਸਾਡੇ ਰਾਜ ਜੋ ਮਿਨਿਸਟਰਸ ਰਹਿ ਜਾਂਦੇ ਨੇ, ਜਿਹਨਾਂ ਨੂੰ ਐਮ ਪੀਸ ਵਗੈਰਾ ਆਪਾਂ ਬੋਲਦੇ ਹਾਂ, ਉਹ ਆਉਂਦੇ ਨੇ। ਠੀਕ ਹੈ ਜੀ, ਇਸ ਸਭਾ ਦੇ ਵਿੱਚ ਮਹਿਲਾਵਾਂ ਵੀ ਭਾਗ ਲੈ ਸਕਦੀਆਂ ਸਨ, ਇਸ ਦੇ ਵਿੱਚ ਮਹਿਲਾਵਾਂ ਵੀ ਭਾਗ ਲੈ ਸਕਦੀਆਂ ਸਨ। ਤੇ ਮਹਿਲਾਵਾਂ ਦਾ ਜੋ ਪ੍ਰਧਾਨ ਹੁੰਦਾ ਸੀ, ਮਤਲਬ ਜੋ ਮਹਿਲਾਵਾਂ ਦਾ ਪ੍ਰਧਾਨ ਤਾਂ ਹੁਣ ਇੱਕ ਕੋਈ ਮਹਿਲਾ ਹੀ ਹੋਏਗੀ, ਉਸ ਮਹਿਲਾ ਨੂੰ ਕਿਆ ਬੋਲਿਆ ਜਾਂਦਾ ਸੀ? ਤਾਂ ਉਸ ਮਹਿਲਾ ਨੂੰ ਬੋਲਿਆ ਜਾਂਦਾ ਸੀ ਸਭਾਪਤੀ। ਉਸ ਮਹਿਲਾ ਨੂੰ ਸਭਾਪਤੀ, ਇਹ ਸਭਾ ਵਿੱਚ ਭਾਗ ਲੈਣ ਵਾਲੀਆਂ ਮਹਿਲਾਵਾਂ ਦਾ ਪ੍ਰਧਾਨ ਸੀ। ਠੀਕ ਹੈ ਜੀ, ਇਹ ਮਹਿਲਾਵਾਂ ਦਾ ਪ੍ਰਧਾਨ ਸੀ। ਉਸ ਤੋਂ ਬਾਅਦ ਉੱਤਰ ਵੈਦਿਕ ਕਾਲ ਜਦੋਂ ਆਇਆ, ਜਦੋਂ ਉੱਤਰ ਵੈਦਿਕ ਕਾਲ ਆਇਆ, ਉੱਤਰ ਵੈਦਿਕ ਕਾਲ ਦੇ ਵਿੱਚ, ਉੱਤਰ ਵੈਦਿਕ ਕਾਲ ਦੇ ਵਿੱਚ ਇਸ ਨੂੰ ਕਿਆ ਹੈ? ਖਤਮ ਕਰ ਦਿੱਤਾ ਗਿਆ ਸੀ। ਠੀਕ ਹੈ, ਉੱਤਰ ਵੈਦਿਕ ਕਾਲ ਦੇ ਵਿੱਚ ਇਹ ਖਤਮ ਕਰ ਦਿੱਤੀ ਗਈ ਸੀ। ਅਗਰ ਦੇਖਿਆ ਜਾਵੇ ਜੋ ਸਾਡੀ ਸਭਾ ਰਹੀ ਹੈ, ਇਸ ਸਭਾ ਨੂੰ ਇੱਕ ਨਾਮ ਹੋਰ ਵੀ ਦਿੱਤਾ ਜਾਂਦਾ ਸੀ ਪ੍ਰਾਚੀਨ ਕਾਲ ਵਿੱਚ, ਉਹ ਸੀ ਨਿਰਿਸ਼ਠਾ। ਨਿਰਿਸ਼ਠਾ ਵੀ ਕਿਹਾ ਗਿਆ ਹੈ ਤੇ ਇਸ ਨਿਰਿਸ਼ਠਾ ਦਾ ਅਰਥ ਹੁੰਦਾ ਸੀ ਉਲੰਘਣਹੀਨ। ਉਲੰਘਣਹੀਨ ਮਤਲਬ ਜਿਸ ਦਾ ਕੋਈ ਵੀ ਉਲੰਘਣ ਨਹੀਂ ਕਰ ਸਕਦਾ ਸੀ, ਮਤਲਬ ਇਹ ਉੱਚ ਵਰਗ ਦੀ ਇੱਕ ਸੰਸਥਾ ਸੀ। ਇਸਨੂੰ ਨਿਰਿਸ਼ਠਾ ਵੀ ਬੋਲਿਆ ਗਿਆ। ਨਿਰਿਸ਼ਠਾ ਦਾ ਮਤਲਬ ਕਿਆ ਹੁੰਦਾ ਹੈ? ਤਾਂ ਇਹ ਹੁੰਦਾ ਹੈ ਜੀ ਸਾਡਾ ਉਲੰਘਣਹੀਨ। ਉਲੰਘਣਹੀਨ ਮਤਲਬ ਇਸਦਾ ਕਿਆ ਹੈ? ਕੋਈ ਵੀ ਉਲੰਘਣ ਨਹੀਂ ਕਰ ਸਕਦਾ ਸੀ। ਇਹ ਜੋ ਵੀ ਆਪਾਂ ਗੱਲ ਕੀਤੀ ਹੈ, ਇਹ ਜੋ ਸਭਾ ਦਾ ਨਾਮ ਨਿਰਿਸ਼ਠਾ ਤੇ ਉਲੰਘਣਹੀਨ, ਇਹ ਜਿਹੜੀ ਗੱਲ ਹੈ ਇਹ ਕਿੱਥੇ ਵਿਚਾਰ ਕਿੱਥੇ ਲਿਖੀ ਗਈ ਹੈ ਜਾਂ ਬੋਲ ਦਿੱਤਾ ਜਾਵੇ ਇਸਦਾ ਵਰਣਨ ਕਿੱਥੇ ਹੈ? ਇਸਦਾ ਇੱਕ ਵੇਦ ਦੇ ਵਿੱਚ ਵਰਣਨ ਹੈ, ਨਾਮ ਹੈ ਉਸ ਵੇਦ ਦਾ ਅਥਰਵੇਦ। ਅਥਰਵੇਦ ਵਿੱਚ ਕਿਆ ਹੈ? ਇਸਦਾ ਜ਼ਿਕਰ ਕੀਤਾ ਗਿਆ ਹੈ। ਉਸ ਤੋਂ ਬਾਅਦ ਅਗਲੀ ਜਿਹੜੀ ਆਪਣੀ ਸੰਸਥਾ ਹੈ ਜੋ ਰਾਜੇ ਤੇ ਕੰਟਰੋਲ ਕਰਦੀ ਸੀ, ਉਸਦਾ ਨਾਮ ਸੀ ਵਿਦਤ। ਵਿਦਤ ਜੋ ਸੀ ਇਹ ਸਭ ਤੋਂ ਪ੍ਰਾਚੀਨ ਸੰਸਥਾ ਰਹੀ, ਰਾਜੇ ਨੂੰ ਕੰਟਰੋਲ ਕਰਨ ਵਾਲੀ ਸਭ ਤੋਂ ਪ੍ਰਾਚੀਨ ਸੰਸਥਾ ਰਹੀ ਹੈ। ਵੇਦ ਰਿਗਵੇਦ ਵਿੱਚ ਇਸਦਾ ਜ਼ਿਕਰ 122 ਵਾਰ ਆਇਆ ਹੈ। ਇਹ ਕਰਦੀ ਕਿਆ ਸੀ? ਇਸਦੇ ਕੰਮ ਕਿਆ ਸਨ? ਇਸਦੇ ਕੰਮ ਸਨ, ਇਹ ਜੋ ਵੀ ਸੈਨਿਕ ਲੁੱਟ ਹੁੰਦੀ ਸੀ, ਮਤਲਬ ਜੋ ਲੁੱਟ ਦੇ ਵਿੱਚ ਸੈਨਿਕਾਂ ਦੁਆਰਾ ਜੋ ਲੁੱਟ ਕੀਤੀ ਗਈ ਹੈ, ਲੁੱਟ ਦਾ ਬਟਵਾਰਾ ਕਰਦੀ ਸੀ, ਲੁੱਟ ਦਾ ਬਟਵਾਰਾ ਕਰਦੀ ਸੀ। ਦੂਸਰਾ, ਇਹ ਜੋ ਵੀ ਕੁਝ ਬੀਜਿਆ ਗਿਆ ਹੈ, ਮਤਲਬ ਜੋ ਉਪਜ ਆਈ ਹੈ, ਉਪਜ ਦਾ ਬਟਵਾਰਾ ਵੀ ਇਹ ਕਰਦੀ ਸੀ। ਉਸ ਤੋਂ ਬਾਅਦ ਦੇਖਿਆ ਜਾਵੇ ਕਿ ਇਸ ਵਿੱਚ ਮਹਿਲਾ ਤੇ ਪੁਰਸ਼ ਦੋਵੋਂ ਹੀ ਸ਼ਾਮਿਲ ਹੁੰਦੇ ਸਨ ਤੇ ਇਸਦਾ ਜੋ ਵਰਣਨ ਆਪਾਂ ਇਹ ਪੜ੍ਹਿਆ ਹੈ ਸਾਰਾ ਕਿੱਥੇ ਹੈ? ਤਾਂ ਇਹ ਵਿਦਤ ਦਾ ਵਰਣਨ ਰਿਗਵੇਦ ਵਿੱਚ ਹੈ। ਲੇਕਿਨ ਜਦੋਂ ਉੱਤਰ ਵੈਦਿਕ ਕਾਲ ਆਇਆ, ਉੱਤਰ ਵੈਦਿਕ ਕਾਲ ਦੇ ਵਿੱਚ
ਇਹ ਸੰਸਥਾ ਜੋ ਸੀ ਇਸਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ। ਇਹ ਸੰਸਥਾ ਬਿਲਕੁਲ ਖਤਮ ਕਰ ਦਿੱਤੀ ਜਾਂਦੀ ਹੈ। ਉੱਤਰ ਵੈਦਿਕ ਕਾਲ ਦੇ ਵਿੱਚ ਇਹ ਵਿਦਿਅਤ ਸੰਸਥਾ ਜੋ ਸੀ ਇਸਦਾ ਬਿਲਕੁਲ ਖਾਤਮਾ ਕਰ ਦਿੱਤਾ ਗਿਆ ਹੈ। ਠੀਕ ਹੈ ਜੀ। ਰਿਗਵੈਦਿਕ ਕਾਲ ਜੋ ਰਿਹਾ ਹੈ ਸਾਡਾ, ਇਸਦੇ ਵਿੱਚ ਜੋ ਪ੍ਰਮੁੱਖ ਅਧਿਕਾਰੀ ਮੰਨੇ ਜਾਂਦੇ ਨੇ, ਇਸ ਰਿਗਵੈਦਿਕ ਕਾਲ ਦੇ ਵਿੱਚ ਜੋ ਪ੍ਰਮੁੱਖ ਅਧਿਕਾਰੀ ਮੰਨੇ ਜਾਂਦੇ ਨੇ, ਉਹ ਮੰਨੇ ਜਾਂਦੇ ਨੇ ਜੀ ਪੁਰੋਹਿਤ, ਦੂਸਰਾ ਹੈ ਸੈਨਾਨੀ, ਤੀਸਰਾ ਹੈ ਪੁਰਪ ਤੇ ਚੌਥਾ ਹੈ ਸਪਰਸ਼। ਇਹ ਚਾਰ ਪ੍ਰਕਾਰ ਦੇ ਅਧਿਕਾਰੀ ਰਹੇ ਨੇ ਰਿਗਵੇਦਿਕ ਕਾਲ ਦੇ ਵਿੱਚ। ਕਿਆ ਕਰਦੇ ਸਨ ਤਾਂ ਇਹਨਾਂ ਬਾਰੇ ਦੇਖ ਲੈਂਦੇ ਹਾਂ। ਪੁਰੋਹਿਤ ਜੀ, ਪੁਰੋਹਿਤ ਜੋ ਸਨ ਇਹ ਸਭ ਤੋਂ ਸ੍ਰੇਸ਼ਟ ਸਨ, ਮਤਲਬ ਸਭ ਤੋਂ ਉੱਚੇ ਪੁਰੋਹਿਤਾਂ ਨੂੰ ਮੰਨਿਆ ਗਿਆ। ਪੁਰੋਹਿਤ ਤੋਂ ਬਾਅਦ ਜੋ ਦੂਸਰਾ ਨੰਬਰ ਸੀ ਉਹ ਸੈਨਾਨੀ ਦਾ ਸੀ। ਪੁਰਪ ਜੋ ਸੀ ਇਹ ਜੋ ਕਿਲ੍ਹਾ ਹੁੰਦਾ ਸੀ, ਕਿਲ੍ਹੇ ਦਾ ਪ੍ਰਧਾਨ ਜੋ ਹੁੰਦਾ ਸੀ ਉਸਨੂੰ ਬੋਲਿਆ ਜਾਂਦਾ ਸੀ ਪੁਰਪ। ਸਪਰਸ਼ ਜੋ ਹੁੰਦੇ ਸਨ, ਸਪਰਸ਼ ਇਹਨਾਂ ਨੂੰ ਬੋਲਿਆ ਜਾਂਦਾ ਸੀ ਗੁਪਤਚਰ ਜਾਂ ਬੋਲ ਦਿੱਤਾ ਜਾਵੇ ਜਾਸੂਸ। ਠੀਕ ਹੈ ਜੀ, ਇਹਨਾਂ ਨੂੰ ਜਾਸੂਸ ਬੋਲਿਆ ਜਾਂਦਾ ਸੀ। ਅਗਰ ਦੇਖਿਆ ਜਾਵੇ ਰਿਗਵੇਦਿਕ ਕਾਲ ਵਿੱਚ ਰਾਜਨੀਤਿਕ ਸਥਿਤੀ ਆਪਾਂ ਪੜ੍ਹ ਰਹੇ ਹਾਂ, ਤਾਂ ਇਸਦੇ ਵਿੱਚ ਸੈਨਿਕ ਵਿਵਸਥਾ, ਜੋ ਸੈਨਿਕ ਵਿਵਸਥਾ ਰਹੀ, ਇਸ ਸੈਨਿਕ ਵਿਵਸਥਾ ਦੇ ਬਾਰੇ ਵਿੱਚ ਦੇਖਿਆ ਜਾਵੇ ਤਾਂ ਰਾਜੇ ਕੋਲ ਜੋ ਸੈਨਾ ਸੀ ਉਹ ਸਥਾਈ ਸੈਨਾ ਨਹੀਂ ਸੀ। ਸੈਨਾ ਦਾ ਚੁਣਾਵ ਕੇਵਲ ਯੁੱਧ ਸਮੇਂ ਹੀ ਕੀਤਾ ਜਾਂਦਾ ਸੀ, ਜਦੋਂ ਯੁੱਧ ਲੜਨਾ ਹੁੰਦਾ ਸੀ ਉਸ ਸਮੇਂ ਹੀ ਕਿਆ ਹੈ ਸੈਨਾ ਦਾ ਚੁਣਾਵ ਕੀਤਾ ਜਾਂਦਾ ਸੀ, ਮਤਲਬ ਸੈਨਿਕਾਂ ਨੂੰ ਭਰਤੀ ਕਰ ਲਿਆ ਜਾਂਦਾ ਸੀ ਜਾਂ ਸੈਨਿਕ ਚੁਣ ਲਏ ਜਾਂਦੇ ਸਨ। ਅਗਰ ਦੇਖਿਆ ਜਾਵੇ ਰਿਗਵੇਦਿਕ ਕਾਲ ਵਿੱਚ ਰਾਜਨੀਤਿਕ ਵਿਵਸਥਾ ਦੇ ਵਿੱਚ ਜੋ ਉਸ ਸਮੇਂ ਕਰ ਵਿਵਸਥਾ ਰਹੀ ਹੈ, ਟੈਕਸ ਕਰ ਵਿਵਸਥਾ, ਇਹ ਕਰ ਵਿਵਸਥਾ ਦੇ ਵਿੱਚ ਇੱਕ ਟੈਕਸ ਹੁੰਦਾ ਸੀ ਜਿਸ ਦਾ ਨਾਮ ਸੀ ਬਲੀ। ਇਹ ਇੱਕ ਪ੍ਰਕਾਰ ਦਾ ਧਾਰਮਿਕ ਟੈਕਸ ਸੀ ਜੋ ਰਾਜੇ ਨੂੰ ਸਵੈ ਇੱਛਾ ਨਾਲ, ਸਵੈ ਇੱਛਾ ਮਤਲਬ ਆਪਣੀ ਇੱਛਾ ਨਾਲ, ਇੱਛਾ ਦੇ ਮੁਤਾਬਿਕ ਕਿਆ ਹੈ ਰਾਜੇ ਨੂੰ ਦਿੱਤਾ ਜਾਂਦਾ ਸੀ, ਮਤਲਬ ਰਾਜੇ ਨੂੰ ਆਪਣੀ ਸਵੈ ਇੱਛਾ ਨਾਲ ਜੋ ਟੈਕਸ ਦਿੱਤਾ ਜਾਂਦਾ ਸੀ, ਜੋ ਵੀ ਕਰ ਦਿੱਤਾ ਜਾਂਦਾ ਸੀ ਉਸਨੂੰ ਕਿਆ ਬੋਲਿਆ ਜਾਂਦਾ ਸੀ ਬਲੀ। ਤੇ ਬਲੀ ਕਿਆ ਸੀ? ਇੱਕ ਧਾਰਮਿਕ ਟੈਕਸ ਸੀ। ਉਸੇ ਦੇ ਅੱਗੇ ਦੇਖਿਆ ਜਾਵੇ ਜਦੋਂ ਉੱਤਰ ਵੈਦਿਕ ਕਾਲ ਆਇਆ ਉਸ ਸਮੇਂ ਇਹ ਜੋ ਪਹਿਲਾਂ ਰਾਜੇ ਨੂੰ ਸਵੈ ਇੱਛਾ ਨਾਲ ਦਿੱਤਾ ਜਾਂਦਾ ਸੀ, ਉੱਤਰ ਵੈਦਿਕ ਕਾਲ ਦੇ ਵਿੱਚ ਇਹ ਕਿਆ ਕਰ ਦਿੱਤਾ ਗਿਆ? ਜ਼ਰੂਰੀ ਕਰ ਦਿੱਤਾ ਗਿਆ ਵੀ ਇਹ ਦੇਣਾ ਜੋ ਹੈ ਜ਼ਰੂਰੀ ਹੈ, ਸਵੈ ਇੱਛਾ ਨਾਲ ਨਹੀਂ। ਰਿਗਵੈਦਿਕ ਕਾਲ ਵਿੱਚ ਸਵੈ ਇੱਛਾ ਨਾਲ ਰਿਹਾ, ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਕਿਆ ਹੈ ਇਸਨੂੰ ਬਿਲਕੁਲ ਜ਼ਰੂਰੀ ਕਰ ਦਿੱਤਾ ਗਿਆ ਵੀ ਹਰ ਆਦਮੀ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਵੀ ਇਹ ਬਲੀ ਨਾਮ ਦਾ ਟੈਕਸ ਜੋ ਹੈ ਤੁਹਾਨੂੰ ਦੇਣਾ ਹੀ ਪਏਗਾ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਰਿਗਵੈਦਿਕ ਕਾਲ ਵਿੱਚ ਨਿਆਂ ਵਿਵਸਥਾ, ਨਿਆਂ ਵਿਵਸਥਾ ਬੋਲ ਦਿਓ ਜਾਂ ਨਿਆਂ ਦੀ ਸਥਿਤੀ ਕਿਆ ਰਹੀ ਹੈ, ਨਿਆਂ ਵਿਵਸਥਾ ਜਾਂ ਨਿਆਂ ਦੀ ਸਥਿਤੀ ਕਿਆ ਰਹੀ। ਸਭਾ ਜੋ ਆਪਾਂ ਪੜ੍ਹਿਆ ਸੀ ਸਭ ਤੋਂ ਕੁਲੀਨ ਵਰਗ ਦੀ ਇੱਕ ਸੰਸਥਾ ਸੀ, ਸਭਾ ਹੀ ਕਿਆ ਹੈ ਸਾਰੇ ਨਿਆਂਇਕ ਮਾਮਲਿਆਂ ਦੀ, ਸਭਾ ਨਿਆਂਇਕ ਮਾਮਲਿਆਂ ਦੀ ਕਿਆ ਹੈ ਨਿਪਟਾਰਾ ਕਰਦੀ ਸੀ, ਸਭਾ ਹੀ ਸਾਰੇ ਨਿਆਂਇਕ ਮਾਮਲਿਆਂ ਦਾ ਨਿਪਟਾਰਾ ਕਰਦੀ ਸੀ। ਇਸ ਦੇ ਬਾਰੇ ਆਪਾਂ ਜਾਣਿਆ, ਰਿਗਵੈਦਿਕ ਕਾਲ ਦੀ ਰਾਜਨੀਤਿਕ ਸਥਿਤੀ ਦੇ ਬਾਰੇ ਵਿੱਚ ਜਾਣਿਆ। ਹੁਣ ਆਪਾਂ ਚੱਲਦੇ ਹਾਂ ਰਿਗਵੈਦਿਕ ਕਾਲ ਦੇ ਵਿੱਚ ਜੋ ਸਾਡੀ ਸਥਿਤੀ ਰਹੀ ਹੈ ਸਮਾਜਿਕ, ਸਮਾਜਿਕ ਸਥਿਤੀ। ਇਸ ਸਮਾਜਿਕ ਸਥਿਤੀ ਦੇ ਵਿੱਚ ਦੇਖਿਆ ਜਾਵੇ ਕਿਆ ਹੋ ਸਕਦਾ ਹੈ, ਤਾਂ ਜੋ ਸਾਡਾ ਰਿਗਵੈਦਿਕ ਕਾਲ ਦੇ ਵਿੱਚ ਸਮਾਜ ਰਿਹਾ ਉਹ ਰਿਹਾ ਹੈ ਪਿਤਾ ਸੱਤਾਤਮਕ। ਉਹ ਸਾਡਾ ਸਮਾਜ ਪਿਤਾ ਸੱਤਾਤਮਕ ਰਿਹਾ ਹੈ। ਇਸ ਪਿਤਾ ਸੱਤਾਤਮਕ ਸਮਾਜ ਦੇ ਨਾਲ
अगर देखा जाए जो समाज सी वो साडा समतावादी समाज सी। समतावादी समाज सी मतलब सारयां दा सन्मान हुंदा सी, सारयां दा सन्मान सी। समतावादी मतलब हर एक दी सन्मान किया गया है समाज दे विच, ते ऊ जो परिवार दे विच जो प्रधानता रही है वो रही है साडे पिता, पिता दी जो प्रधानता रही है उसे दे आधार ते बोलिया गया है भी ये जिहड़ा समाज सी ऋग्वेदिक काल दा ये पिता सतात्मक रहा है। उस तो बाद अगर मैं गल करा भी क्या ऐस समाज दे विच समाजिक स्थिति दे विच जो वर्ण व्यवस्था हुंदी सी, वर्ण व्यवस्था क्या ये वर्ण व्यवस्था सी, तां तुहाडा आंसर रहेगा ऋग्वेदिक काल दे विच क्या वर्ण व्यवस्था सी, तां बिल्कुल सी। वर्ण व्यवस्था मतलब जाति व्यवस्था। लेकिन ये जाति व्यवस्था कर्म ते आधारित सी, एक कर्म ते आधारित रही है। जाति व्यवस्था सी ऋग्वेदिक काल दे विच, लेकिन इसका जो आधार रहा है ना वो कर्म के आधार पर रहा है। हुण कर्म के आधार पर किदां, सपोज करो एक डॉक्टर है, कोई भी डॉक्टर है चाहे वह अख का हो, चाहे वह कन का हो, चाहे वह हड्डियां का हो, चाहे वह पशुआ का हो, चाहे वह किसी भी चीज़ का डॉक्टर क्यों ना हो, उसनू आपां बोलेंगे क्या डॉक्टर। मतलब वह उसके कम के आधार पर क्या है, उसकी असी एक जमात बना दी, मतलब उसके कर्म के आधार पर असी क्या बोलता, वह एक डॉक्टर है, चाहे वह डॉक्टर किसी का भी हो। उसी के आधार पर आप एक चीज़ होर भी एग्जाम्पल लै सकते हैं, जिस तरीके कोई भेडा चारण वाला है, कोई गावं चारण वाला है, कोई बकरियां चारण वाला है, तो क्या है ये जो चारवाहा है इसनों आप एको ही नाम दे दें, देसी भाषा में इसनों आप गवालिया बोल दें, गवाला हिंदी के शब्द है, पंजाबी देखा जाए तो इसनों आप चरवाहा बोल दें, मतलब वह चारण का काम करता है, वह उसकी आप क्या बनाती है जमात। इस तरीके उस समय कर्म से आधारित जमात होंदी सी। उस तो बाद अगर मैं गल करा परिवार की, जो परिवार हुंदा सी ये परिवार संयुक्त परिवार हुंदा सी, ये परिवार संयुक्त परिवार सी। संयुक्त परिवार के नाल अगर देखा जाए क्या दास प्रथा सी, दास प्रथा ऋग्वेदिक काल विच सी, तां इसका आंसर है बिल्कुल सी। लेकिन दासां तो खेती का काम नहीं करवाया जाता सी, खेती का काम उन्हां तो नहीं करवाया जाता सी, ठीक है जी। उस तो बाद परिवार जो सी, इस परिवार का मुख काम क्या हुंदा सी, ये करते सी पशुचारण, पशुचारण चराउणा इन्हां दा मुख काम सी। इसी दे आधार ते बोलिया जावे जो साडा ऋग्वेदिक काल रहा है, जो साडा ऋग्वेदिक काल रहा है, इस ऋग्वेदिक काल दे विच जो साडा प्रमुख किता रहा है लोकां दा, वो क्या रहा है, तां वो रहा है जी पशु पालन। हुण इस तों पहलां आपां ना एक सभ्यता पढ़ी सी, नाम सी उसका सिंधु सभ्यता, उसे तो बाद वैदिक सभ्यता होंद विच आई। सिंधु सभ्यता विच देखा जाए तो पहला जो लोग सन सिंधु सभ्यता के, वह क्या करते सन, वह करते सन व्यापार। हुण व्यापार तो बाद लोगों ने क्या है सभ्यता, उस सभ्यता का पतन होया, पतन तो बाद जो नवी सभ्यता आई इन्होंने अपने आप को बिल्कुल जीरो लैवल तो स्टार्ट किया। ग्रामीण सभ्यता सी वैदिक सभ्यता, जीरो लैवल तो स्टार्ट किया, तो इन्होंने सब तो पहला क्या किया है पशु पालना शुरू किया है, ठीक है जी। इन्होंने पशु पालन का काम किया। उसे दे तौर पर आप देखिए अगे भी अगर इस दे विच आप देखिए भी जो समाजिक स्थिति दे विच देखा जाए तो सब तो जरूरी है स्त्रियों की स्थिति क्या रही है ऋग्वेदिक काल दे विच, स्त्रियों की स्थिति कहो जी सी, तो तुसी बोल सकते हो अज तो भी बहुत चंगी सी, अज तो भी बहुत चंगी सी। मतलब जो स्थिति अज है
इस तो भी अच्छी स्थिति उस दे विच बोलिया जाता है स्त्रियों की स्थिति इस तरीके रही है। आप हुणे गल करते हैं उस ऋग्वेदिक काल दे विच जो प्रमुख विद्वान ऋग्वेदिक काल दे विच प्रमुख विद्वान स्त्रियां जो रहियां ने केड़ियां केड़ियां रहियां ने क्या क्या नाम है तां ऋग्वेद विच कुछ तुसीं पढ़िया होना विदुषी स्त्रियां जां विद्वान स्त्रियां दा नाम आया है। नाम है अपाला अपाला तो बाद लोपा मुद्रा तो बाद घोषा सिकता निवावरी ते विश्वरा ये कुछ विद्वान स्त्रियों का नाम सानू मिलता है। यह है वो विद्वान स्त्रियां जो सानू कितों किहदे विच जिक्र आया है ऋग्वेद दे विच तां मतलब ये जिहड़ियां विद्वान स्त्रियां ने एक कितों दीआं विद्वान स्त्रियां सन किहड़ी सभ्यता दे विच किहड़े काल दीआं तां ऋग्वेदिक काल दीआं। हुण अगर आपां गल करिए उत्तर वैदिक काल जो आया सी उस दे विच भी कुछ विद्वान स्त्रियां रहियां ने लेकिन स्त्री दी स्थिति दे विच बहुत ज़्यादा चेंज आ चुका सी। विद्वान स्त्रियां जो रहियां इस दे विच ओ रही गार्गी मैत्रेणी शुभला ते कात्यायनी ठीक है कात्यायनी ये कुछ विदुषी महिलावां रही हैं जिन्हां दे बारे विच उत्तर वैदिक काल दे विच जिक्र आया है। उस तों बाद औरतां जिहड़ियां सन औरतां दा उपनयन संस्कार हुंदा सी उपनयन संस्कार हुंदा सी तां मतलब इन्हां नूं क्या है शिक्षा दा अधिकार सी जिन्हां दा उपनयन संस्कार हुंदा सी उन्हां नूं क्या है शिक्षा दा अधिकार सी ते औरतां दा उपनयन संस्कार हुंदा सी तां मतलब ऋग्वेदिक काल दे विच स्त्रियां नूं शिक्षा दा अधिकार भी सी ठीक है जी। उस तो बाद औरतां नाल संबंधित पुनर्विवाह नियोग प्रथा ते नाल बहुपत्नी विवाह ये तीनों चीजां ऋग्वेदिक काल दे विच सन। दहेज प्रथा ऋग्वेदिक काल दे विच नहीं सी लेकिन शादी दे विच व्याह समय या शादी दे विच जो भी उपहार दित्ते जांदे सन उन्हां उपहारां नूं बहतू आख्या जांदा सी उन्हां नूं बहतू आख्या जांदा सी ठीक है जी बहतू आख्या जांदा सी। उस तो बाद अगर मैं गल करां क्या उस समय परदा प्रथा सी उस समय ऋग्वेदिक काल दे विच नहीं सी परदा प्रथा भी नहीं सी। स्त्रियां नूं संपत्ति दा अधिकार सी हाँ बिल्कुल नहीं सी संपत्ति का अधिकार भी नहीं रहा। उसे दे अगां चल के देखिए तां इस वैदिक सभ्यता दे विच जो गहने यूज किए गए ने उन्हां गहनियां नूं किस नाम नाल जाना जांदा सी जां उह किस प्रकार का गहना हुंदा सी तां सब तो पहला गहना सी जी निश्क। निश्क जो हुंदा सी ए गले दा हार सी निश्क गले दा हार सी ते गले दा हार मतलब सोने दा भी हार कई बुक्स दे विच लिखा गया है
हार जो हुए ने सोने का भी इस बोलिया गया है निष्क मनिया गया है सोने का हार या गले का हार। ठीक है, अगे अगर बोलिया जाए रकम, जो रकम रही है ये क्या सी, इसनों भी गले का हार ही बोलिया गया है। मतलब जो सोने का हार रहा या किसी होर चीज का जो भी हार रहा निष्क बोलिया गया, ते ऐसे निष्क नूं जो दूसरे नाम नाल जाने गया है वह जाने गया है रकम, रकम दे नाम नाल। उस तो बाद अगर गल की जाए कुरीर, कुरीर किस प्रकार का गहना सी, तां ए सी साडा सिर का गहना, सिर का गहना जो भी टिक्के टिक्का वगैरह जो आप लेडीज उत्ते लगांदियां ने सिर दे, इस प्रकार के जो गहने होंदे सन उन्हां नूं करीर बोलिया जांदा सी, जो उपर लगाए जाते सन। ठीक है, उसी प्रकार एक होर गहना सी, नाम सी उसका जोचनी, जोचनी बोलिया जाता सी अंगूठी, जो अज आप रिंग सैरेमनी दे विच आप देखते हाँ जो रिंग होंदी है उसनों जोचनी बोलिया जाता सी। उस तो बाद अगर गल करिए जो गहनों तो बाद चीज आती है वो है जी, जो गहने बनाए गए वो तांबे दे भी बने सी, कुछ कांसे दे भी बने सन। ये तांबे कांसे वाले गहने जिहड़े हुंदे सन जां इन्हां तांबे कांसे नूं किस नाम नाल जाणिया गया है ऋग्वेद विच, तां उसका नाम आया है जी पायस। तांबे ते जो साडा कांसा रहा है इसनों आपां ऋग्वेदिक काल दे विच या ऋग्वेद विच किस नाम नाल जाणिया गया है, आयस के नाम में जाने गया है। उसी नाल एक मिलती जुलती चीज होर याद रखा जी, चांदी ते लोहे दा ऋग्वेद दे विच कोई भी जिक्र नहीं मिलता, ऋग्वेद विच इसका कोई भी जिक्र नहीं है, चांदी ते लोहे दा कोई भी जिक्र नहीं मिलता जी सानू। उस तो बाद जो समाज रहा, इस समाज विच जो लोग रहे उन्होंने किस प्रकार का भोजन जो है उसका सेवन किया है, तां भोजन अगर देखा जाए तो दोनों प्रकार का भोजन उन्होंने सेवन किया, शाकाहारी भी ते उस दे नाल क्या है मांसाहारी भी जी जो भोजन है उन्होंने यूज किया है। अगर देखा जाए चावल मछली नमक, इन्हां तिन्नां चीज़ां का कोई जिक्र नहीं मिलता सानूं ऋग्वेदिक काल दे विच, ऋग्वेदिक काल दे विच चावल मछली नमक का कोई भी जिक्र सानूं जो है नहीं मिलता। पीन वाले पदार्थ के रूप दे विच इन्हां ने क्या है सोमरस का यूज किया है, ते ए सोमरस जो सी इसका देवता मन्या जाता है सोम देवता नूं, ते ए सोमरस कढ़िया जांदा सी हिमालय पर्वत दी मंजूवत चोटी तो, हिमालय पर्वत दी एक चोटी है मंजूवत, उत्थों क्या है सोमरस कढ़िया जांदा सी, ते इस सोमरस का जो देवता मन्या गया है वह मन्या गया है सोम देवता, ते सोम देवते नूं समर्पित है पूरे का पूरा नौमा मंडल, जो ऋग्वेद का नौमा मंडल है वह पूरे का पूरा सोम देवता नूं ही समर्पित है। अगर देखा जाए जो गां हुंदी सी, गां काओ, इस गां नूं बोलिया जांदा सी ऐ धन्या, ऐ धन्या, ऐ धन्या का मतलब हुंदा है ना मारे जान जोगी, ना मारे जान वाली वस्तु या जीव, ना मारे जान वाली वस्तु या ना मारे जान वाली कोई जीव। उसे तो अगे वध के आपां गल करिए समाज दे विच जो लोग सन, आप भोजन देखिया गहने देखे
फिर आप गल करते हाँ भी जो ऋग्वेदिक काल रहा उस दे विच लोकां ने क्या है मनोरंजन के लिए किस प्रकार के साधना का यूज किया है। तो मनोरंजन विच देखा जाए तो उन्होंने पासा जिसनों आप शतरंज वगैरह बोल दें हाँ पासा खेलिया है इन्होंने। उस तो बाद ये अपने मनोरंजन के लिए रथ दौड़ का भी यूज करते रहे। रथ दौड़ तो बाद इन्होंने क्या है संगीत का भी यूज किया है। संगीत तो बाद इन्होंने क्या है घोड़ दौड़ भी यूज किया है ते नाच एक्सेट्रा वगैरह ये कुछ साधन सन उन्होंने क्या है मनोरंजन के जो उन्होंने यूज किए सन। तो इसे दे विच देखा जाए पूरी उम्र जो औरत अविवाहित रहती सी ये क्या कहलाती सी तां इसनूं अमाजू बोलिया जाता सी। पूरी उम्र जो औरत अविवाहित रहती सी इसनूं अमाजू बोलिया जाता सी। हुण आपां गल करते हाँ वैदिक सभ्यता दे विच लोकां दे पहरावे ते पहरावे विच देखिया जावे आपां गल करांगे उन्हां दे कपड़े वस्त्र जिहड़े उन्होंने पाए ने। तां सब तो पहला देखिया जावे तां नीवी वस्त्र भी कहा जाता सी। एक वस्त्र नूं वास कहा जाता सी। एक वस्त्र नूं अधी वास बोलिया जाता सी। ते एक वस्त्र नूं जो आपां पगड़ी बोलते हैं पगड़ी उसनों क्या है जो ऊपर पहनी जाती सी पगड़ी उसनों उश निये उसनों उश निये भी बोलिया गया है। उश निये हुण देखो नीवी दी मैं गल करा नीवी नूं बोलिया गया है वह वस्त्र जिहड़ा क्या है असी शरीर दे हेठले हिस्से विच शरीर दे हेठले हिस्से विच धारण करते सन। जो लोग शरीर दे हेठले हिस्से विच जिस वस्त्र नूं धारण करते सन वह कहलाउंदा सी नीवी। ते जो वास हुंदा सी वास कहलाउंदा सी जो वस्त्र असी मध्य भाग दे विच यूज करते ठीक है। उस समय जिस वस्त्र का यूज मध्य भाग विच कीता गया उसनू बोलिया गया है वास। ते जो नीवा नीवी मतलब जो शरीर के हेठले हिस्से विच धारण किया गया अधिवास अधिवास उस वस्त्र नू बोलिया गया है जो शरीर नू उपरों ढकदा सी। उपरों ढकदा सी मतलब जिस तरीके आपां अज लेडीज जिवें चुन्नी दुपट्टा वगैरह लै लैंदे ने ते शॉल वगैरह एक्सेट्रा वगैरह ठीक है। शॉल वगैरह जो होगी है ये किस प्रकार के वस्त्र गिने जाते सन तो इन्हों अधिवास बोलिया जाता सी ठीक है। ये वस्त्रां दा उन्होंने यूज किया। उस तो बाद देखा जाए तो कल आपां पढ़ांगे जी इसकी ऋग्वेदिक काल के उत्तर वैदिक काल के जो ऋग्वेदिक काल आपां पढ़ रहे हाँ इस ऋग्वेदिक काल की जो साड़ी आर्थिक स्थिति रहेगी आपां उसके बारे में जाणांगे। उस दे विच आपां देखना है वो चीज़ा पढ़ांगे कल। तो इसे दे नाल क्या है मैं अज का लैक्चर थोड़ा इतने समाप्त करता हाँ। प्यारे दोस्तों बहुत बहुत थोड़ा धन्यवाद ते आपां फिर मिलांगे कल जी ठीक है जी। धन्यवाद बहुत बहुत थोड़ा सारयां दा।